ਹਲੇ ਆਵਾਜ਼ ਮੇਂ ਕਿਵੇਂ ਬਾਤ ਹੋਤੀ ਥੀ ਲੇਕਿਨ ਫਿਰ ਮੁਝੇ ਐਸਾ ਲਗਾ ਪ੍ਰਾਈਮ ਮਿਨਿਸਟਰ ਕੋ ਕਿਆ ਕਰਨਾ ਹੈ ਇਹ ਐਨਸੀ ਤੈ ਕਰੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਭਾਰਤ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਸਮੇਂ ਤੋਂ ਇੱਕ ਸ਼ਬਦ ਗੂੰਜਦਾ ਰਿਹਾ ਪਹਿਲਾਂ ਇੱਕ ਕਿਤਾਬ ਦਾ ਨਾਮ ਸੀ ਹੁਣ ਇਸ ਤੇ ਫਿਲਮ ਆਈ ਹੈ ਇਸ ਫਿਲਮ ਬਾਰੇ ਗੱਲ ਕਰਨ ਲਈ ਮੇਰੇ ਸਹਿਯੋਗੀ ਮੇਰੇ ਨਾਲ ਨੇ ਦਲਜੀਤ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਦਿਲਜੀਤ ਸਭ ਤੋਂ ਪਹਿਲਾਂ ਤਾਂ ਪੱਤਰਕਾਰੀ ਤੋਂ ਪਹਿਲਾਂ ਮੈਂ ਕਹਾਂਗਾ ਇੱਕ ਦਰਸ਼ਕ ਦੇ ਤੌਰ ਤੇ ਜਿਹੜਾ ਇਹ ਟ੍ਰੇਲਰ ਆਇਆ ਹੈ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੇ ਆਪਾਂ ਬਿਲਕੁਲ ਪਹਿਲਾ ਹੀ ਗੱਲ ਦੇਖਣੀ ਹੋਵੇਗੀ ਵੀ ਦੇਖਦੀ ਸਾਡ ਤੁਹਾਨੂੰ ਕੀ ਲੱਗਿਆ ਕਿਉਂਕਿ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਹ ਤੋਂ ਪਹਿਲਾਂ ਵਿੱਤ ਮੰਤਰੀ ਵੀ ਰਹੇ ਨੇ ਉਹ ਜਿਵੇਂ ਤੁਰਦੇ ਸੀਗੇ ਜਿਵੇਂ ਤੁਰਦੇ ਫਿਰਦੇ ਸੀਗੇ ਜਿਵੇਂ ਉਹ ਬੋਲਦੇ ਸੀਗੇ ਉਹਨਾਂ ਦਾ ਪੂਰਾ ਜਿਹੜਾ ਲਹਿਜਾ ਉਹ ਲਗਾਤਾਰ ਚਰਚਾ ਵਿੱਚ ਰਿਹਾ ਹੈ ਤੇ ਖਾਸ ਤੌਰ ਦੇ ਉੱਤੇ ਜਿੰਨੇ ਬੰਦੇ ਉਹਨਾਂ ਬਾਰੇ ਗੱਲ ਕਰਦੇ ਨੇ ਉਹ ਉਹਦੇ ਬਾਰੇ ਜ਼ਰੂਰ ਗੱਲ ਕਰਦੇ ਨੇ ਕਿ ਉਹ ਐਦਾਂ ਤੁਰਦੇ ਨੇ ਸੋ ਇਸ ਕਰਕੇ ਉਹਨਾਂ ਦੀ ਨੀਤੀ ਐਦਾਂ ਦੀ ਆ ਉਹ ਐਦਾਂ ਤੁਰਦੇ ਨੇ ਸੋ ਇਸ ਕਰਕੇ ਉਹਨਾਂ ਦੀ ਕਾਰਗੁਜ਼ਾਰੀ ਐਦਾਂ ਦੀ ਆ ਸੋ ਪਹਿਲਾ ਜਿਹੜਾ ਧਿਆਨ ਖਿੱਚਿਆ ਉਹ ਤਾਂ ਇਹ ਹੈ ਕਿ ਕਿਸ ਤਰੀਕੇ ਨਾਲ ਅਨੁਪਮ ਖੇਰ ਨੇ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਆ ਉਹਨੂੰ ਆਪਣੇ ਕਿਰਦਾਰ ਦੇ ਵਿੱਚ ਢਾਲਿਆ ਇਹ ਇੱਕ ਪਹਿਲਾ ਜਿਹੜਾ ਹੈਗਾ ਬਾਕੀ ਤੇ ਕਿਉਂਕਿ ਇਹ ਟ੍ਰੇਲਰ ਹੈ ਟ੍ਰੇਲਰ ਤੇ ਟ੍ਰੇਲਰ ਹੀ ਹੁੰਦਾ ਹਲੇ ਜਦੋਂ ਫਿਲਮ ਦੇਖਾਂਗੇ ਫਿਰ ਪਤਾ ਲੱਗੇਗਾ। ਉਸ ਫਿਲਮ ਦੇ ਬਾਰੇ ਜਿਵੇਂ ਉਹ ਸ਼ੇਅਰ ਕੀਤੀ ਜਾ ਰਹੀ ਹੈ ਅੱਜ ਜਿਵੇਂ ਕੁਝ ਲੋਕ ਗੱਲ ਕਰ ਰਹੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆ ਉਹ ਬਹੁਤ ਜੋਸ਼ੋਖ ਰੋਸ਼ ਨਾਲ ਉਹਨੂੰ ਸ਼ੇਅਰ ਕਰ ਰਹੇ ਨੇ ਫਿਲਮ ਨੂੰ। ਸੋ ਅਨਪਮ ਖੇਰ ਦਾ ਸਬੰਧ ਜਿਹੜਾ ਹੈ ਉਹ ਸਿੱਧੇ ਤੌਰ ਤੇ ਬੀਜੇਪੀ ਦੇ ਨਾਲ ਹੈ ਜਾਂ ਜਿਹੜਾ ਦੂਜਾ ਮੇਨ ਐਕਟਰ ਹੈ ਉਸ ਦੀ ਫੈਮਿਲੀ ਦਾ ਵੀ ਜਿਹੜਾ ਲਿੰਕ ਜੁੜਦਾ ਹੈ। ਵਿਨੋਦ ਖੰਨਾ ਦੀ ਫੈਮਿਲੀ ਦਾ ਉਹ ਵੀ ਬੀਜੇਪੀ ਦੇ ਨਾਲ ਜੁੜਦਾ ਹੈ ਤੇ ਬੀਜੇਪੀ ਜਿਸ ਤਰ੍ਹਾਂ ਇਸ ਨੂੰ ਪ੍ਰੋਮੋਟ ਕਰ ਰਹੀ ਹੈ ਤੇ ਜਿਸ ਤਰ੍ਹਾਂ ਕਾਂਗਰਸ ਨੇ ਇਸ ਦੇ ਉੱਤੇ ਰਿਐਕਸ਼ਨ ਨਾ ਕਰਨ ਦਾ ਰਿਐਕਸ਼ਨ ਨਾ ਦੇਣ ਦਾ ਫੈਸਲਾ ਲਿਆ ਸੋ ਇਹ ਜਿਹੜਾ ਪੂਰਾ ਪੋਲੀਟੀਕਲੀ ਇਸ ਫਿਲਮ ਦੀ ਜਿਹੜੀ ਪੋਲੀਟਿਕਸ ਹੈ ਉਹਨੂੰ ਬਤੌਰ ਪੱਤਰਕਾਰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਇੱਕ ਗੱਲ ਹੈ ਕਿ ਜਿੰਨੇ ਜਿਹੜੇ ਆਨਲਾਈਨ ਦੇ ਪਲੇਟਫਾਰਮ ਨੇ ਜਿਹੜੇ ਭਾਜਪਾ ਦੇ ਰਸਮੀ ਤੌਰ ਦੇ ਉੱਤੇ ਉਹਨਾਂ ਦੇ ਆਪਣੇ ਜਿਹੜੇ ਕਹਿੰਦੇ ਨੇ ਕਿ ਹਾਂ ਅਸੀਂ ਭਾਜਪਾ ਦਾ ਮੈਂ ਫਲਾਣਾ ਆਗੂ ਜਾਹੋ ਉਹ ਤਾਂ ਸਾਰੇ ਲਗਾਤਾਰ ਇਸ ਗੱਲ ਨੂੰ ਪ੍ਰਚਾਰ ਕਰ ਰਹੇ ਨੇ ਉਸੇ ਇਸ ਕਰਕੇ ਇਹਦੇ ਵਿੱਚ ਕੋਈ ਗੁੰਝਾਇਸ਼ ਨਹੀਂ ਹੈਗੀ ਕਿ ਵੀ ਇਹ ਭਾਜਪਾ ਦੀ ਫਿਲਮ ਹੈ ਜਾਂ ਨਹੀਂ ਹੈ ਉਹ ਤਾਂ ਉਹਨਾਂ ਨੇ ਸਾਫ਼ ਕਹਿਤਾ ਉਹ ਤੋਂ ਬਿਨਾਂ ਬਹੁਤ ਸਾਰੇ ਅਜਿਹੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦਾ ਰਿਹਾ ਹੈ ਕਿ ਉਹ ਭਾਜਪਾ ਦੇ ਪੱਖ ਦੇ ਵਿੱਚ ਕਈ ਕਿਸਮ ਦੀਆਂ ਜਿਹੜੀਆਂ ਖਬਰਾਂ ਫੈਲਾਉਂਦੇ ਨੇ ਉਹ ਵੀ ਸਾਰੇ ਇਹ ਕਰ ਰਹੇ ਨੇ ਸੋ ਇੱਕ ਤਾਂ ਪੱਤਰਕਾਰੀ ਦੇ ਅਦਾਰਿਆਂ ਦੇ ਵਿੱਚ ਇਹ ਗੱਲ ਦੀ ਖੁਸ਼ੀ ਹੈ ਕਿ ਅੱਜ ਜੋ ਹੋ ਰਿਹਾ ਉਹ ਸਿਰਫ ਫੇਸ ਫਿਲਮ ਦੇ ਨਾਲ ਹੀ ਹੋ ਰਿਹਾ ਤੇ ਜਿੱਥੇ ਤੱਕ ਸਿਆਸਤ ਦਾ ਗੱਲ ਹੈ ਜਦੋਂ ਤੁਸੀਂ ਫਿਲਮ ਬਣਾਉਂਦੇ ਹੋ ਕਿਸੇ ਵੀ ਸ਼ਖਸੀਅਤ ਦੇ ਉੱਤੇ ਕਿਸੇ ਵੀ ਵਕਤ ਦੇ ਮੁੱਦੇ ਦੇ ਉੱਤੇ ਜਾਂ ਇਤਿਹਾਸ ਦੇ ਉੱਤੇ ਉਹਦੇ ਵਿੱਚ ਤੇ ਸਿਆਸਤ ਹੋਏਗੀ ਇਸ ਦੇ ਮਾਮਲੇ ਦੇ ਵਿੱਚ ਸਿਆਸਤ ਜ਼ਿਆਦਾ ਹੈ ਕਿਉਂਕਿ અનુਪਮ ਖੇਰ ਜਿਹੜਾ ਉੱਥੇ ਪਰਦੇ ਦੇ ਉੱਤੇ ਜਿਹੜੇ ਇੱਕ ਕਿਰਦਾਰ ਨਿਭਾ ਰਹੇ ਨੇ ਉਸ ਪਰਦੇ ਤੋਂ ਬਾਹਰ ਉਹ ਇੱਕ ਸਿਆਸੀ ਆਗੂ ਵੀ ਨੇ ਤੇ ਉਸ ਸਿਆਸਤ ਦੇ ਪੱਖ ਦੇ ਵਿੱਚ ਉਹ ਲਗਾਤਾਰ ਬਿਆਨ ਵੀ ਦਿੰਦੇ ਰਹੇ ਨੇ ਚਾਹੇ ਉਹ ਬਿਆਨ ਉਹਨਾਂ ਦੀ ਫਿਲਮ ਸਨਤ ਬਾਰੇ ਹੋਣ ਜਾਂ ਹੋਰ ਮੁੱਦਿਆਂ ਦੇ ਉੱਤੇ ਹੋਣ ਸੋ ਇਹ ਦੇਖਣਾ ਦਿਲਚਸਪ ਰਹੇਗਾ ਕਿਉਂਕਿ ਤੁਸੀਂ ਇੱਕ ਵੱਡੀ ਜੀਵਨੀ ਦੇ ਕੁਝ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੀ ਚੋਣ ਕਰਨੀ ਹੈ ਜਦੋਂ ਫਿਲਮ ਨੂੰ ਤੁਸੀਂ 3 ਘੰਟੇ ਦੀ ਬਣਾਉਣਾ ਹੈ ਤੁਸੀਂ ਇੱਕ 74 ਸਾਲ ਦੇ ਬੰਦੇ ਦੀ 74 ਸਾਲ ਦੀ ਫਿਲਮ ਨਹੀਂ ਨਾ ਬਣਾ ਰਹੇ 3 ਘੰਟੇ ਦੀ ਫਿਲਮ ਬਣਾਉਣੀ ਹੈ ਸੋ ਸਿਆਸਤ ਜਿਹੜੀ ਹੈਗੀ ਆ ਉਹ ਉਸ ਚੋਣ ਦੇ ਉੱਤੇ ਹੀ ਰਹੇਗੀ ਇਹ ਦੇਖਣਾ ਦਿਲਚਸਪ ਰਹੇਗਾ ਕਿ ਜਿਹੜੇ ਭਾਜਪਾ ਦੇ ਆਗੂ ਨੇ ਇਸ ਵੇਲੇ ਜਦੋਂ ਉਹ ਕਾਂਗਰਸ ਬਾਰੇ ਗੱਲ ਕਰਦੇ ਨੇ ਜਦੋਂ ਉਹ ਯੂਪੀਏ ਦੇ ਦੋ ਜਿਹੜੀਆਂ ਸਰਕਾਰਾਂ ਨੇ ਉਹਨਾਂ ਬਾਰੇ ਗੱਲ ਕਰਦੇ ਨੇ ਤੇ ਉਹ ਕੁਝ ਚੋਣਵੇਂ ਤੱਥਾਂ ਦੀ ਗੱਲ ਕਰਦੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਦਰੁਸਤ ਵੀ ਹੋ ਸਕਦੇ ਨੇ ਸੋ ਇਹਨਾਂ ਨੇ ਕਿਹੜੇ ਚੋਣਵੇਂ ਤੱਥ ਉਹ ਲਿਆਉਂਦੇ ਨੇ ਤੇ ਉਹੀ ਜਿਹੜੇ ਚੋਣਵੇਂ ਤੱਥ ਨੇ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿੱਥੇ ਹੋਣਗੇ ਸੋ ਦੇ ਚਾਸਟ ਦੇ ਹੋਏਗਾ ਮਾਮਲਾ ਸੋ ਚੋਣਾਂ ਦੀ ਗੱਲ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਮਨਮੋਹਨ ਸਿੰਘ ਦਾ ਇੱਕ ਲੋਕਾਂ ਦੇ ਵਿੱਚ ਇਮੇਜ ਹੈ ਕਿ ਉਹ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਇੱਕ ਅਜਿਹੀ ਕਥਿਤ ਜਿਹੜੇ ਘਟਾਲਿਆਂ ਵਾਲੀ ਸਰਕਾਰ ਦੇ ਵਿੱਚ ਸਾਫ਼-ਸੁਥਰੇ ਜਿਹੜੇ ਹੈ ਪ੍ਰਧਾਨ ਮੰਤਰੀ ਸੀਗੇ ਪਰ ਈਵਨ ਜਿਹੜੇ ਉਹਨਾਂ ਦੇ ਮੁੱਖ ਵਿਰੋਧੀ ਕਹਿ ਲਈ ਆਪਾਂ ਪ੍ਰਧਾਨ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਦੇ ਵਿੱਚ ਇੱਕ ਸਟੇਟਮੈਂਟ ਹੈ ਕਿ ਉਹ ਬਾਥਰੂਮ ਦੇ ਵਿੱਚ ਜਿਹੜੇ ਹੈ ਛਤਰੀ ਲੈ ਕੇ ਨਹਾਉਣ ਵਾਲੇ ਬੰਦੇ ਸੀਗੇ ਸੋ ਉਸ ਸੰਦਰਭ ਦੇ ਵਿੱਚ ਜਿਹੜੀ ਮਨਮੋਹਨ ਸਿੰਘ ਦੀ ਪਰਸਨਲਿਟੀ ਹੈ ਜਾਂ ਜਿਸ ਤਰੀਕੇ ਦੇ ਨਾਲ ਇਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਿਹਾ ਜਾ ਰਿਹਾ ਹੈ ਕਿ ਵੀ ਇਹ 2019 ਦੀਆਂ ਜਿਹੜੀਆਂ ਚੋਣਾਂ ਹੈ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਫਿਲਮ ਬਣਾਈ ਜਾ ਰਹੀ ਹੈ ਸੋ ਇਹ ਪੂਰਾ ਜਿਹੜਾ ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਕੋਈ ਸਿਆਸੀ ਲਾਹਾ ਖਟਿਆ ਜਾ ਸਕਦਾ ਕਿਉਂਕਿ ਸਿਆਸਤ ਦੀ ਉਹਦੇ ਵਿੱਚ ਦਿਲਚਸਪੀ ਹੈਗੀ ਹੈ ਇਹ ਮੁੱਦਾ ਜਿਹੜਾ ਇਹ ਚੋਣਾਂ ਦੇ ਵਿੱਚ ਅਹਿਮ ਮੁੱਦਾ ਰਹਿਣਾ ਤਾਂ ਇਸ ਕਰਕੇ ਘਟੋ ਘਟ ਜਿਹੜੀ ਧਿਰ ਇਸ ਦੇ ਪੱਖ ਦੇ ਵਿੱਚ ਹੈ ਉਹਨੂੰ ਤਾਂ ਇਸ ਗੱਲ ਦਾ ਯਕੀਨ ਇਹਨਾਂ ਨੇ ਕਿ ਇਹਦਾ ਉਹਨਾਂ ਨੂੰ ਕੋਈ ਫਾਇਦਾ ਹੋਏਗਾ ਜੇ ਇਸ ਤਰੀਕੇ ਨਾਲ ਜਿਸ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਹੋ ਰਿਹਾ ਜੇ ਉਹਨਾਂ ਨੂੰ ਇਸ ਗੱਲ ਦਾ ਹੋਵੇ ਕਿ ਸਾਨੂੰ ਨੁਕਸਾਨ ਹੋਏਗਾ ਤਾਂ ਫਿਰ ਉਹ ਨਹੀਂ ਕਰਨਗੇ ਮੈਨੂੰ ਲੱਗਦਾ ਕਿ ਇੰਨੀ ਅਕਲ ਉਹਨਾਂ ਨੂੰ ਹੈਗੀ ਆ ਜਿਹਦੇ ਬਾਰੇ ਸਾਨੂੰ ਜਾਂ ਕਿਸੇ ਵੀ ਉਸ ਬੰਦੇ ਨੂੰ ਚਾਹੇ ਤੁਸੀਂ ਉਹਨਾਂ ਦੇ ਪੱਖ 'ਚ ਹੋ ਚਾਹੇ ਉਹਨਾਂ ਦੇ ਤੁਸੀਂ ਖਿਲਾਫ ਹੋਵੋ ਕਟੂਕਟ ਉਹਨਾਂ ਦੀ ਅਕਲ ਤੇ ਸ਼ੱਕ ਨਹੀਂ ਨਾ ਕੀਤਾ ਜਾ ਸਕਦਾ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੈ ਦੂਜੀ ਗੱਲ ਇਹ ਹੈ ਕਿ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਘਟਾਲਿਆਂ ਵਾਲੀ ਸਰਕਾਰ ਦੇ ਵਿੱਚ ਇਮਾਨਦਾਰ ਮੰਤਰੀ ਸਨ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਦੇ ਜਿੰਨੇ ਚਾਹੇ ਉਹ ਮੰਤਰੀ ਹੋਵੇ ਚਾਹੇ ਵੱਡੇ ਲੀਡਰ ਹੋਣ ਉਹ ਪ੍ਰਧਾਨ ਮੰਤਰੀ ਦੇ ਉੱਤੇ ਕਦੇ ਸਵਾਲ ਨਹੀਂ ਹੋਣ ਦਿੰਦੇ ਜਿਵੇਂ ਹੁਣ ਵੀ ਜਿਹੜਾ ਪੂਰੇ ਦਾ ਪੂਰਾ ਚੌਕਟਾ ਜਿਉਂਦਾ ਤਿਉਂ ਹੈ ਕਿ ਜਦੋਂ ਵੀ ਕੋਈ ਸਵਾਲ ਕੀਤਾ ਜਾਂਦਾ ਸਰਕਾਰ ਦੇ ਉੱਤੇ ਜਿਹੜੀ ਭਾਜਪਾ ਹੈ ਜਿਹੜਾ ਮੰਤਰੀ ਮੰਡਲ ਆ ਉਹ ਇਹ ਕਹਿੰਦਾ ਕਿ ਮੋਦੀ ਦੇ ਉੱਤੇ ਸਵਾਲ ਨਾ ਕਰੋ ਇਹੀ ਕੰਮ ਜਿਹੜਾ ਅੱਜ ਕੱਲ ਤੁਹਾਨੂੰ ਸਮਿਤ ਪਾਤਰਾ ਕਰਦਾ ਦਿਖਾਈ ਦਿੰਦਾ ਹੈ ਅੱਜ ਤੋਂ 5 ਸਾਲ ਪਹਿਲਾਂ ਇਹੀ ਕੰਮ ਤੇ ਕਪਿਲ ਸਿਬਲ ਹੋਣੀ ਕਰਦੇ ਹੁੰਦੇ ਸੀ ਨਾ ਸੋ ਮੈਨੂੰ ਲੱਗਦਾ ਹੈ ਕਿ ਉਹ ਇੱਕ ਸਿਆਸੀ ਚੌਕਟਾ ਹੈ ਘਟੋ ਘਟ ਸਾਨੂੰ ਬਤੌਰ ਪੱਤਰਕਾਰ ਇਸ ਗੱਲ ਦੇ ਨਾਲ ਜ਼ਿਆਦਾ ਨਹੀਂ ਪ੍ਰਭਾਵਿਤ ਹੋਣਾ ਚਾਹੀਦਾ ਕਿ ਵੀ ਕੀ ਨੂੰ ਜਿਆਦਾ ਇਮਾਨਦਾਰ ਕਹਿਣਾ ਜਾਂ ਕਿਹਨੂੰ ਨਹੀਂ ਇਮਾਨਦਾਰ ਕਹਿਣਾ ਦਿਲਚਸਪ ਇਹ ਹੈ ਕਿ ਵੀ ਇਹ ਫਿਲਮ ਦੇ ਵਿੱਚ ਉਹ ਇਹ ਸਾਰੇ ਮੁੱਦਿਆਂ ਨੂੰ ਕਿਵੇਂ ਲੈ ਕੇ ਆਉਂਦੇ ਨੇ ਸੋ ਦਲਜੀਤ ਹੋਰਾਂ ਦੀ ਗੱਲਬਾਤ ਦਾ ਜਿਹੜਾ ਪੂਰਾ ਸਾਰਾਂਸ਼ ਹੈ ਉਹ ਇਹ ਨਿਕਲਦਾ ਹੈ ਕਿ ਦਿਲਚਸਪ ਗੱਲ ਇਹ ਹੈ ਪੂਰੀ ਫਿਲਮ ਦੇ ਵਿੱਚ ਕਿ ਕਿਹੜੇ ਮੁੱਦਿਆਂ ਦੀ ਨੂੰ ਕਿਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਗਿਆ ਔਰ ਕਿਹੜੇ ਮੁੱਦੇ ਜਾਂ ਕਿਹੜੀਆਂ ਕਟਨਾਵਾਂ ਨੂੰ ਚੋਣਮੀਆਂ ਕਟਨਾਵਾਂ ਨੂੰ ਲੈ ਕੇ 3 ਘੰਟੇ ਦੇ ਵਿੱਚ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਸੋ ਦੇਖਦੇ ਹਾਂ ਕਿ ਲੋਕ ਇਸ ਫਿਲਮ ਦੇ ਉੱਤੇ ਕੀ ਰਿਐਕਸ਼ਨ ਦਿੰਦੇ ਆ